ਕਦਾ ਹੋਇਆ ਜ਼ਖਮੀ ਜਿਗਰ ਮੁਹੰਮਦ ਦਾ, ਸਦ ਕਿਉਂ ਜਾਵਾਂ ਮੈਂ ਕਿਹਾ ਬਾਬਾ ਜੀ ਹੋਇਆ ਜ਼ਖਮੀ ਜਿਗਰ ਮੁਹੰਮਦ ਦਾ, ਕੱਢਣ ਜਿਗਰ ਮੁਹੰਮਦ ਦਾ ਜ਼ਖਮੀ ਹੋਇਆ, ਹੱਥ ਬੜੀ ਖੜਾ ਫਜ਼ਾਇਲ ਆਪਣੀ ਮਰਜ਼ੀ ਨਾਲ ਸੁਣੇ ਸੁਣੇ ਮੈਂ ਪਿਆਦਾ ਹੋਇਆ ਜ਼ਖਮੀ ਜਿਗਰ ਮੁਹੰਮਦ ਦਾ, ਤੇ ਹੋਈ ਕਤਲ ਹੁਸੈਨ ਦੀ ਮਾਏ, ਪਿਆਦਾ ਹੋਇਆ ਜ਼ਖਮੀ ਜਿਗਰ ਮੁਹੰਮਦ ਦਾ, ਤੇ ਹੋਈ ਕਤਲ ਹੁਸੈਨ ਦੀ ਮਾਏ, ਦੋ ਦਿਲ ਸੜੇ ਹੋਏ ਤਾਕ ਤਲੇ ਰਹੀਏ ਤੜਪ ਦੀ ਸਹਿਣ, ਰਾਤ ਹੋ ਗਈ ਹੈ ਵੇਖੀ ਲੋਕਾਂ ਦੇ ਪਾਸ ਬਾਬਾ ਫਰਸ਼ਾ ਦੀ ਪਾਣੀ ਚੰਦ ਦੀ ਕਸਮ ਦੀ ਕਸਮ ਇਤਨੀ ਤਾਵੀਰ ਪਾਕ ਮੁਹੰਮਦ ਮੁਸਤਫਾ ਜਨਾਬ ਸੈਯਦਾ ਉਹਦੀ ਕਰਦੀਆਂ ਹੈ, ਜਿੱਥੇ ਮੁਹੰਮਦ ਬੈਠੇ ਹੋਵੇ ਨਾ ਜਨਾਬ ਜ਼ਹਰਾ ਆਵੇ ਨਾ ਮੁਹੰਮਦ ਖੜੇ ਹੋਵੇ ਦੇ ਹੈ, ਨਬੀ ਲੋਕਾਂ ਨੂੰ ਦੱਸਦੇ ਨੇ ਲੋਕ ਮੇਰੀ ਜ਼ਹਰਾ ਵੱਡੀ ਇੱਜ਼ਤ ਦੀ ਮਾਲਕ ਹੈ, ਅਜੀ ਦਿਖਾ ਨਾ ਲਿਓ ਸੈਯਦ ਜ਼ਾਦੇ ਤੇ ਦਿਲ ਗੱਲ ਪੈ ਗਈ, ਜੋ ਮੈਂ ਜਿੱਥੇ ਵੈਸਾ ਲੋਕ ਮੇਰੀ ਤਾਜ਼ੀਮ ਕਰੇ ਸਰ ਪਾਵੇ ਦੇ ਬਿਆਨ ਦਰਬਾਰ ਚਾਹੀਏ ਚਾਰ ਘੰਟੇ ਖੜੀ ਰਹੀ ਹੈ ਆਪਣਾ ਹੱਕ ਮੰਗਣ ਆਈਆ, ਇਹ ਕਮੀਰਾ ਭਗਵਾਨ ਕਰਕੇ ਜ਼ਹਰਾ ਤੂੰ ਮਸਲੇ ਤੋਂ ਭੁੱਲ ਗਈ ਹੈ, ਬੀਬੀ ਆਦੀ ਹਯਾ ਕਰਿਆ ਮੈਂ ਭੁੱਲਣ ਵਾਲੀ ਮਾਂ ਦੀ ਧੀ ਨਹੀਂ, ਮੈਂ ਭੁੱਲਣ ਵਾਲੇ ਪਿਓ ਦੀ ਧੀ ਨਹੀਂ, ਅਲਮੇ ਪਾਸ ਦੀ ਕਸਮ ਇਸ ਤੋਂ ਵੱਡੀ ਕਸਮ ਕੋਈ ਨਹੀਂ, ਕੋਈ ਔਰਤ ਹੋਵੇ ਜਾਂ ਮਜ਼ਦੂਰ ਹੋਵੇ ਉਹਨੂੰ ਭਰੇ ਮਜਮੇ ਕਸਮ ਚਾਹਣੀ ਉਹ ਕੁਰਾਨ ਦੀ ਕਸਮ ਚਾਹੀਦੀ ਹੈ, ਅੱਲਾ ਦੇ ਘਰ ਦੀ ਕਸਮ ਚਾਹੀਦੀ ਹੈ, ਜਿਹੜੀ ਮਜਬੂਰ ਹੋਵੇ ਉਹ ਪੁੱਤਰਾਂ ਦੀ ਕਸਮ ਨਹੀਂ ਚਾਹੀਦੀ ਹੈ, ਇਤਨਾ ਸਦਾ ਹੈ ਮੁਸਲਮਾਨਾ ਭਰੇ ਦਰਬਾਰ ਸੱਜ ਹੱਥ ਹਸਨ ਦੇ ਸੰਦ ਰੱਖਾ ਹੈ ਬਾਬਾ ਹੁਸੈਨ ਦੇ ਜੰਦ ਰੱਖਿਆ ਜੇ ਮੈਨੂੰ ਪੁੱਤਰਾਂ ਦੀ ਕਸਮ ਮੈਂ ਸੱਚੀ ਹਾਂ, ਸ਼ਾਬਾਸ਼ ਸ਼ਾਬਾਸ਼ ਲਿਖੀ ਸਨਤ ਲਿਖਾਈ ਇੱਥਾ ਬਦਲ ਲਾਗਰ ਪੜ੍ਹਦੀ ਆਉਂਦੀ ਹੈ ਕੁਰਸੀ ਮੁਹੰਮਦ ਦੀ ਖੜੀ ਹੋਈ ਹੈ
ہے میں صدقہ جانا محمد دی دھی کھڑی آئی چار سا نوکر کرسی تے آئی اللہ دا رو پہلے بندے دوجے نوں دتی ہے دوجے تیجے نوں دتی ہے تیجے چوتھے نوں دتی ہے سین دی مجبوری دکھائے جنے سند وے دی محمد دی دھی اسے پاسے لے دی رہی ایک بندے سلا چاہیے اللہ دا رو سن چاہ کے ٹردا ٹردا بڑی سین دے سامنے آیا ہے ویکھیا تے محمد دی دھی تو مسئلے کو بھول گئی ہے بیبیاں دی حیا کروا دربار میں دے بابے دا منبر میں دے بابے دا بکواس کر کے پیادا ہے اللہ پاک چھڑا دے کہ تو سب لائے تب نصر ایمان واپس آئے
حسن کفن مکمل کیتا ہے علی عبد الحسن حسین آواز جدید بابا Good night.